ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਦਾਸ ਡਾਕਟਰ ਪ੍ਰਗਟ ਸਿੰਘ ਭੁਰਜੀ, ਬੱਚਿਆਂ ਦਾ ਸਪੈਸ਼ਲਿਸਟ, ਸਰੀ ਵੈਂਕੂਵਰ ਕੈਨੇਡਾ ਤੋਂ ਤੁਹਾਨੂੰ ਅਪੀਲ ਕਰ ਰਿਹਾ। ਮੈਨੂੰ ਪਤਾ ਲੱਗਾ ਵੀ ਬਹੁਤ ਸਾਰੇ ਮਾਂ ਬਾਪ ਬੱਚਿਆਂ ਨੂੰ ਖਸਰੇ ਦਾ ਅਤੇ ਰੁਬੈਲੇ ਦਾ ਟੀਕਾ ਨਹੀਂ ਲਗਵਾ ਰਹੇ, ਬੱਚਿਆਂ ਨੂੰ ਸਕੂਲਾਂ ਤੋਂ ਛੁੱਟੀ ਕਰਵਾ ਰਹੇ ਆ। ਮਾਂ ਬਾਪ ਨੂੰ ਹਮੇਸ਼ਾ ਚਿੰਤਾ ਹੁੰਦੀ ਆ ਵੀ ਅਗਰ ਅਸੀਂ ਬੱਚੇ ਨੂੰ ਕੋਈ ਵੀ ਇੰਜੈਕਸ਼ਨ ਲਾਵਾਂਗੇ ਉਹਦਾ ਕੀ ਅਸਰ ਹੋਏਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਆਹ ਜਿਹੜਾ ਟੀਕਾ ਜਿਹੜਾ ਹੈਗਾ ਮੀਜ਼ਲਸ ਔਰ ਰੁਬੈਲਾ ਦਾ, ਐਮ ਆਰ ਦਾ, ਇਹਨੂੰ ਸੰਸਾਰ ਭਰ ਦੇ ਵਿੱਚ 50 ਵਰੇ ਤੋਂ ਜ਼ਿਆਦਾ ਹੋ ਗਏ ਲਾਉਂਦਿਆਂ ਨੂੰ, ਅਤੇ ਇਹਦੇ ਤੋਂ ਕੋਈ ਸਾਈਡ ਇਫੈਕਟ ਨਹੀਂ ਹੁੰਦਾ, ਬਿਲਕੁਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਜਿਹੜਾ ਤੁਸੀਂ ਸੋਸ਼ਲ ਮੀਡੀਆ 'ਚ ਦੇਖਿਆ ਸੁਣਿਆ ਉਹ ਗਲਤ ਅਫਵਾਹਾਂ ਨੇ। ਦੂਜੀ ਗੱਲ ਮੈਨੂੰ ਪਤਾ ਲੱਗੀ ਵੀ ਸੋਸ਼ਲ ਮੀਡੀਆ 'ਚ ਕਿਹਾ ਜਾ ਰਿਹਾ ਵੀ ਅਮੈਰੀਕਾ ਕੈਨੇਡਾ 'ਚ ਇਹ ਟੀਕਾ ਬੈਨ ਹੋ ਗਿਆ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਸਾਡੇ ਵੈਕਸੀਨੇਸ਼ਨ ਜਾਂ ਇਮਿਊਨਾਈਜੇਸ਼ਨ ਦਾ ਜਿਹੜਾ ਸਕੈਜੂਲ ਆ ਉਹਦੇ ਵਿੱਚ MMR ਮੀਜ਼ਲ ਮੰਮਸ ਰੁਬੈਲਾ ਬਿਲਕੁਲ ਲਗਾਇਆ ਜਾ ਰਿਹਾ, ਹਰ ਇੱਕ ਬੱਚੇ ਨੂੰ ਲਗਾਇਆ ਜਾਂਦਾ ਇੱਥੇ। ਇਸ ਤੋਂ ਪਿੱਛੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਖਸਰਾ ਹੁੰਦਾ ਜਾਂ ਜਿਹਨੂੰ ਆਪਾਂ ਮੀਜ਼ਲਸ ਕਹਿੰਦੇ ਹਾਂ, ਇਹ ਖਤਰਨਾਕ ਬਿਮਾਰੀ ਹੈਗੀ ਆ। ਇਹ ਵਾਇਰਸ ਤੋਂ ਹੁੰਦੀ ਆ, ਇਨਫੈਕਸ਼ਨ ਹੋ ਕੇ 30% ਬੱਚੇ 30% ਬੱਚੇ ਜਿਨ੍ਹਾਂ ਨੂੰ ਮੀਜ਼ਲ ਹੋ ਗਿਆ ਉਹਨਾਂ ਨੂੰ ਉਲਟੀਆਂ, ਟੱਟੀਆਂ, ਡੀਹਾਈਡਰੇਸ਼ਨ, ਨਿਮੋਨੀਆ, ਕਈ ਵਾਰ ਅੱਖਾਂ ਦਾ ਜਿਹੜਾ ਪਰਦਾ ਉਹਦੇ ਉੱਤੇ ਜ਼ਖਮ ਹੋ ਕੇ ਬਲਾਈਂਡਨੈਸ, ਜਾਂ ਬ੍ਰੇਨ ਦੇ ਵਿੱਚ ਇਨਫੈਕਸ਼ਨ ਕਰਕੇ ਮੌਤ ਵੀ ਹੋ ਸਕਦੀ ਆ। ਸੋ ਇਹ ਕੋਈ ਛੋਟੀ ਮੋਟੀ ਬਿਮਾਰੀ ਨਹੀਂ ਆ, ਇਹਦੇ ਨਾਲ ਬੱਚੇ ਦਾ ਜਾਨ ਦਾ ਨੁਕਸਾਨ ਹੋ ਸਕਦਾ, ਡਿਸੇਬਿਲਿਟੀ ਹੋ ਸਕਦੀ ਹੈ ਜਿਹਨੂੰ ਆਪਾਂ ਮੋਰਟੈਲਿਟੀ ਅਤੇ ਮੋਰਬਿਡਿਟੀ ਵੀ ਕਹਿੰਦੇ ਹਾਂ। ਅਤੇ ਸੇਮ ਚੀਜ਼ ਜਿਹੜਾ ਰੁਬੈਲਾ ਹੈਗਾ ਇਹਦੇ ਨਾਲ ਵੀ ਰੈਸ਼ ਹੁੰਦਾ, ਬੁਖਾਰ ਹੁੰਦਾ, ਲਿੰਫ ਨੋਡ ਜਿਹੜੇ ਸਾਡੇ ਧੌਣ ਦੇ ਛੋਟੇ ਛੋਟੇ ਗਿਲਟੀਆਂ ਇਹ ਸੁੱਜ ਜਾਂਦੀਆਂ, ਇਹਦੇ ਨਾਲ ਵੀ ਬ੍ਰੇਨ ਦੇ ਵਿੱਚ ਇਨਫੈਕਸ਼ਨ ਹੋ ਸਕਦਾ। ਔਰ ਗਰਭਵਤੀ ਔਰਤ ਆ, ਅਗਰ ਉਹਨੂੰ ਰੁਬੈਲਾ ਹੋ ਗਿਆ ਤਾਂ ਉਹਦੇ ਕੁੱਖ ਦੇ ਜਿਹੜਾ ਬੱਚਾ ਪਨਪ ਰਿਹਾ ਉਹਨੂੰ ਕੰਚਨਾਈਟਲ ਰੁਬੈਲਾ ਸਿੰਡਰੋਮ ਕਹਿੰਦੇ ਆ, ਜਿਹਨੂੰ ਆਪਾਂ CRS ਕਹਿੰਦੇ ਆ। ਉਹਦੇ ਵਿੱਚ ਉਹਨੂੰ ਜਮਾਂਦਰੂ ਮੋਤੀਆ ਹੁੰਦਾ, ਹਾਰਟ ਦੇ ਡਿਫੈਕਟ ਹੁੰਦੇ ਆ, ਜਿੱਦਾਂ ਡਕਟ PDA ਡਕਟ ਦੀ ਪ੍ਰੋਬਲਮ ਹੁੰਦੀ ਆ। ਸੋ ਇਹ ਕੋਈ ਛੋਟੀਆਂ ਗੱਲਾਂ ਨਹੀਂ, ਔਰ ਇਹ ਸਾਰੀਆਂ ਅਸੀਂ ਠੱਲ ਪਾ ਸਕਦੇ ਹਾਂ ਸਹੀ ਟਾਈਮ ਦੇ ਉੱਤੇ ਟੀਕੇ ਲਵਾ ਕੇ। ਦੇਖੋ ਜਦੋਂ ਵੀ ਆਪਾਂ ਟੀਕਾ ਲਾਵਾਂਗੇ ਥੋੜਾ ਦਰਦ ਤੇ ਹੋਊਗਾ, ਕਦੀ ਕਦੀ ਮਾੜਾ ਜਿਹਾ ਬੁਖਾਰ ਵੀ ਹੋ ਸਕਦਾ, ਮਾੜਾ ਜਿਹਾ ਰੈਸ਼ ਵੀ ਹੋ ਸਕਦਾ, ਲੇਕਿਨ ਉਹ ਅਸੀਂ ਹੈਂਡਲ ਕਰ ਸਕਦੇ ਹਾਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਸਾਡੇ ਬੱਚਿਆਂ ਨੂੰ ਇਹ ਨਾ ਮੁਰਾਦ ਬਿਮਾਰੀਆਂ ਹੋਣ ਜਿਨ੍ਹਾਂ ਕਰਕੇ ਉਹਨਾਂ ਨੂੰ ਮੌਤ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਜਾਂ ਉਹਨਾਂ ਦੇ ਵਿੱਚ ਡਿਸੇਬਿਲਿਟੀਜ਼ ਵੀ ਹੋ ਸਕਦੀਆਂ ਆ। ਕੋਈ ਵੀ ਇਹੋ ਜਿਹੀ ਖਬਰ ਜਿਹੜੀ ਤੁਸੀਂ ਸੋਸ਼ਲ ਮੀਡੀਆ 'ਚ ਦੇਖੀ ਆ ਉਹ ਗਲਤ ਆ ਵੀ ਜਿਹੜੀਆਂ ਫਾਰਮਾਸਿਊਟਿਕਲ ਕੰਪਨੀਆਂ ਉਹ ਡੰਪ ਕਰ ਰਹੀਆਂ, ਇਹੋ ਜਿਹੀ ਕੋਈ ਗੱਲ ਨਹੀਂ ਆ। ਨਾ ਹੀ ਕੋਈ ਘੱਟ ਗਿਣਤੀ ਦੇ ਲੋਕਾਂ ਨੂੰ ਜਾਂ ਮਾਈਨੋਰਟੀਜ਼ ਨੂੰ ਟਾਰਗੇਟ ਬਣਾਇਆ ਜਾ ਰਿਹਾ। ਇਹ ਤੁਹਾਡੀ ਕੰਟਰੀ ਪੰਜਾਬ ਦੇ ਵਿੱਚ ਜਿਹੜੀ ਇਹ ਮੁਹਿੰਮ ਚੱਲੀ ਸੀ, ਇਹ ਟੀਕੇ ਹਿੰਦੁਸਤਾਨ ਦੇ ਵਿੱਚ ਤਿਆਰ ਹੋ ਰਹੇ ਨੇ, WHO ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਨਿਗਰਾਨੀ ਹੇਠਾਂ ਤਿਆਰ ਹੋ ਰਹੇ ਨੇ, ਔਰ ਜਿਸ ਤੱਕ ਮੈਨੂੰ ਪਤਾ 9 ਮਹੀਨੇ ਤੋਂ 15 ਸਾਲ ਦੇ ਬੱਚਿਆਂ ਨੂੰ ਟੀਕਾ ਲਗਾਇਆ ਜਾ ਰਿਹਾ, ਔਰ ਇਹ ਬੜਾ ਉੱਤਮ ਕਰਮ ਆ। ਔਰ ਅਸੀਂ ਇਹ ਚਾਹੁੰਦੇ ਹਾਂ ਵੀ ਬੱਚਿਆਂ ਤੋਂ ਅਸੀਂ ਇਹ ਬਿਮਾਰੀਆਂ ਜਿਹੜੀਆਂ ਹੈਗੀਆਂ ਪੂਰੀ ਤਰ੍ਹਾਂ ਰਾਹਤ ਪਾਈਏ, ਕਿਉਂਕਿ ਨੌਰਥ ਅਮੈਰੀਕਾ ਦੇ ਵਿੱਚ ਜਦੋਂ ਟੀਕੇ 50 ਸਾਲ ਪਹਿਲਾਂ ਸ਼ੁਰੂ ਹੋਏ ਸੀ ਅਸੀਂ ਬਿਲਕੁਲ ਖਸਰਾ ਔਰ ਰੁਬੈਲਾ ਨਹੀਂ ਦੇਖ ਰਹੇ, ਔਰ ਇਸ ਤੋਂ ਕੰਪਲੀਕੇਸ਼ਨਸ, ਅਫਕੋਰਸ ਅਗਰ ਬਿਮਾਰੀਆਂ ਨਹੀਂ ਹੋਣਗੀਆਂ ਤਾਂ ਕੰਪਲੀਕੇਸ਼ਨਸ ਨਹੀਂ ਹੋਣਗੇ। ਸੋ ਹੱਥ ਜੋੜ ਕੇ ਬੇਨਤੀ ਹੈਗੀ ਆ ਵੀ ਬੱਚਿਆਂ ਨੂੰ ਜ਼ਰੂਰ ਟੀਕੇ ਲਵਾਓ, ਛੁੱਟੀਆਂ ਨਾ ਕਰਵਾਓ, ਅਤੇ ਜਿਹੜੇ ਗਲਤ ਇਨਫੋਰਮੇਸ਼ਨ ਤੁਹਾਨੂੰ ਮਿਲ ਰਹੀ ਹੈ ਸੋਸ਼ਲ ਮੀਡੀਆ ਤੋਂ ਉਹਨੂੰ ਛੱਡੋ। ਤੁਹਾਡੇ ਜਿਹੜੇ ਸਪੈਸ਼ਲਿਸਟ ਹੈਗੇ ਬੱਚਿਆਂ ਦੇ ਜਾਂ ਇੰਡੀਅਨ ਪੀਡੀਆਟ੍ਰਿਕ ਸੋਸਾਇਟੀ ਦੇ ਜਿਹੜੇ ਮਾਹਿਰ ਆ ਉਹ ਤੁਹਾਨੂੰ ਹੋਰ ਵਧੇਰੀ ਜਾਣਕਾਰੀ ਦੇਣਗੇ। ਧੰਨਵਾਦ।